ਅੱਛਾ ਵੀ ਇੱਦਾਂ ਕਰੋ ਤੁਸੀਂ ਹੁਣ ਘਰ ਨੂੰ ਚਲ ਜਾਓ ਤੇ ਬਾਹਰ ਦਾ ਕੰਮ ਤੁਹਾਡਾ ਬਣ ਜਾਣਾ ਠੀਕ ਹੈ ਤੇ ਮੇਰਾ ਵੀ ਬਣ ਜਾਣਾ ਲੱਗੀ ਸਮਝ ਜੋ ਬਾਬਾ ਜੀ ਨੇ ਆਪਾਂ ਨੂੰ ਕਿਹਾ ਸੀ ਆਪਾਂ ਸਾਰਾ ਵਿਧੀ ਨਾਲ ਕੰਮ ਕਰ ਦਿੱਤਾ ਠੀਕ ਹੈ ਨਾ ਤੇ ਹੁਣ ਇੱਦਾਂ ਤੁਸੀਂ ਕਰੋ ਘਰ ਨੂੰ ਚਲੋ ਸਮਾਨ ਪੈਕ ਕਰੋ ਠੀਕ ਹੈ ਤੇ ਪਿਛਾ ਮੌਕੇ ਨਹੀਂ ਵੇਖਣਾ ਚਲੋ ਤੁਸੀਂ ਸ਼ਾਬਾਸ਼ ਚਲੋ 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 ਹਾਂ ਜਾਓ ਜਾਓ ਪਿਛਾ ਮੌਕੇ ਨਹੀਂ ਵੇਖਣਾ ਹਾਂ ਘਰ ਬਰਬਾਦ ਹੁੰਦੇ ਪਏ ਆ ਗਲਤੀ ਹੋ ਗਈ ਮਹਾਰਾਜ ਗਲਤੀ ਨਹੀਂ ਹੋ ਗਈ ਤੁਸੀਂ ਆਪਣਾ ਉੱਲੂ ਸਿੱਧਾ ਕਰਨ ਦੀ ਬਜਾਏ ਲੋਕਾਂ ਦਾ ਨੁਕਸਾਨ ਕਰਦੇ ਹੋ ਸਾਡਾ ਲੋਕਾਂ ਨੇ ਬੱਧਿਆ ਜੀ ਅਸੀਂ ਜਾਣਾ ਸੀ ਬਾਹਰ ਅਸਲ 'ਚ ਤੇ ਬਾਬੇ ਨੇ ਸਾਨੂੰ ਜਿਹੜੇ ਬਾਬੇ ਕੋਲ ਅਸੀਂ ਗਏ ਨਾ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਤੇ ਤੁਸੀਂ ਬਾਹਰ ਚਲ ਜਾਓਗੇ ਬਾਬੇ ਨੇ ਕਹਿੰਦੇ ਬਾਬਾ ਜੇ ਆਪ ਘਰੋਂ ਬਾਹਰ ਬੈਠਾ ਪੂਰਾ ਕਰਨ ਡਿਆ ਨਾ ਇਹਦਾ ਫਾਇਦਾ ਕੋਈ ਨਹੀਂ ਹੋਣਾ ਸਗੋਂ ਨੁਕਸਾਨ ਹੀ ਹੋਣਾ ਨੁਕਸਾਨ ਕਿਹੜਾ ਹੋਣਾ ਜੀ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ ਕੀ ਲੱਗਦਾ ਟੂਣੇ ਨਾਲ ਲੋਕਾਂ ਦੇ ਕੰਮ ਵਧੇ ਜਾਣਗੇ ਉਹ ਇੱਥੇ ਪੰਜਾਬ 'ਚ ਕੰਮ ਕਰੋ ਕਿਉਂ ਬਾਹਰਲੇ ਮੁਲਕਾਂ 'ਚ ਭੱਜੀ ਜਾਂਦੀ ਹੈ ਬਾਪੂ ਜੀ ਪੰਜਾਬ 'ਚ ਕੰਮ ਹੈ ਨਹੀਂ ਕਰੀਏ ਕੀ ਕਿਉਂ ਨਹੀਂ ਕੰਮ ਹੈਗੇ ਖੇਤੀਬਾੜੀ ਕਰੋ ਨਾ ਬਈਏ ਰੱਖੇ ਜੇ ਕੰਮ 'ਚ ਤੁਹਾਡੇ ਕੋਲ ਆਪਕੋ ਕੰਮ ਨਹੀਂ ਹੁੰਦਾ ਨੌਕਰੀ ਲੱਭਦੀ ਨਹੀਂ ਕਹਿੰਦਾ ਸਰਕਾਰਾਂ ਦੇ ਨੌਕਰੀਆਂ ਦੀ ਆਸ 'ਚ ਬੈਠੇ ਤੁਹਾਡਾ ਆਪਣਾ ਕਾਰੋਬਾਰ ਕਿੰਨਾ ਜਿਹੜਾ ਮਰਜ਼ੀ ਕਰ ਸਕਦੇ ਹੋ ਨਾਲੇ ਟੂਣਾ ਜਿਹਾ ਕਰਦੇ ਨਾ ਨਾਰੀਅਲ ਰੱਖ ਕੇ ਇਹ ਨਾਰੀਅਲ ਦੇ ਨਾਲ ਗੱਡੀਆਂ ਉੱਤੋਂ ਜਦੋਂ ਲੰਘਦੀਆਂ ਟਾਇਰ ਪਾੜ ਦੇ ਐਕਸੀਡੈਂਟ ਹੁੰਦੇ ਆ ਤੁਹਾਨੂੰ ਕੀ ਪਤਾ ਲੱਗਦਾ ਨੁਕਸਾਨ ਹੁੰਦਾ ਜੀ ਹਾਂ ਨੁਕਸਾਨ ਹੁੰਦਾ ਆਪਦਾ ਤੁਸੀਂ ਫਾਇਦਾ ਸੋਚਦੇ ਹੋ ਦੂਜਿਆਂ ਦਾ ਨੁਕਸਾਨ ਕਰਦੇ ਹੋ ਠੀਕ ਹੈ ਤੁਹਾਨੂੰ ਫਾਇਦਾ ਹੋਣਾ ਕਿ ਨਹੀਂ ਹੋਣਾ ਟੂਣੇ ਨਾਲ ਪਰ ਉਹਨੂੰ ਫਾਇਦਾ ਹੋਣ ਦਾ ਹੀ ਉੱਧਰ ਇਹ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਵਧੀਆ ਹੈ ਛਿਲੂੰਗਾ ਮੈਂ ਟੋਲ ਟੈਕਸ ਮੈਂ ਵੇਚੂੰਗਾ ਇਹ ਹੈ ਅੱਠਵਾਂ ਨਾਰੀਅਲ ਉਹ ਹੈ ਨੌਕਾ ਵੇਚਾਂਗੇ ਤੋ ਸਭ ਬਹੁਤ ਗੜੀਆ ਆਏਗਾ ਔਰ ਮਜ਼ਾ ਆ ਜਾਏਗਾ ਲੋਕ ਸਭ ਬਹਿਮ ਕਰ ਰਹਾ ਹੈ ਹਮਰਾ ਕਾਰੋਬਾਰ ਬਹੁਤ ਬੜੀਆ ਚੱਲ ਰਿਹਾ ਹੈ ਸਭ ਬਾਹਰ ਜਾ ਰਿਹਾ ਹੈ ਨਾਰੀਅਲ ਰੱਖ ਕੇ ਹਮ ਇਹ ਛਿਲ ਛਿਲ ਕੇ ਬਸ ਸਟਾਪ ਮੈਂ ਵੇਚਤੇ ਹੈ ਜਾ ਕੇ ਗਿਰੀਆ ਬਣਾ ਬਣਾ ਕੇ ਕੱਚੀ ਗਰੀ ਕੱਚੀ ਗਰੀ ਸਹੀ ਗੱਲ ਕਹੀ ਤੁਸੀਂ ਬਜ਼ੁਰਗੋ ਮੇਰੇ ਕੋਲ ਗਲਤੀ ਹੋ ਗਈ ਆ ਵੈਸੇ ਆਹ ਵੇਖ ਮੈਂ ਮੇਰਾ ਨੁਕਸਾਨ ਹੋ ਗਿਆ ਵੈਸੇ ਹੋਣਾ ਕੁਛ ਵੀ ਨਹੀਂ ਗਾ ਆਹ 150 ਰੁਪਈਏ ਦਾ ਸਾਡਾ ਨੁਕਸਾਨ ਹੋ ਗਿਆ ਚਾਚਾ ਬਿਸ਼ਨਾ ਲਾਈਵ ਸ਼ੋਅ ਕੰਟੈਕਟ ਨੰਬਰ 9876269302 9762 7962 3902 9976 3602 9976 3602